ਅਸੀਂ ਪਹੁੰਚ ਗਏ ਪਿਮਾ ਦੇ ਸ਼ੋਰੂਮ ਤੇ ਜਿੱਦਾਂ ਕਿ ਇਹਨਾਂ ਨੂੰ ਇਹ ਬੂਟ ਪਸੰਦ ਆਇਆ ਸੀ ਸਵਾਗਤ ਹੈ ਜੀ ਤੁਹਾਡਾ ਸਾਡੇ ਨਵੇਂ ਵਲੌਗ ਤੇ ਹੋਰ ਸੁਣਾਓ ਕੀ ਹਾਲ ਚਾਲ ਤੁਹਾਡਾ ਆਈ ਹੋਪ ਤੁਸੀਂ ਠੀਕ ਹੀ ਹੋਵੋਗੇ ਜਿੱਦਾਂ ਕਿ ਹੁਣ ਅਸੀਂ ਜਾ ਰਹੇ ਹਾਂ ਕਿੱਥੇ ਜਾ ਰਹੇ ਹਾਂ ਭਾਜੀ ਪਿਊਮਾ ਸ਼ੋਰੂਮ ਜਾ ਰਹੇ ਹਾਂ ਉੱਥੋਂ ਥੋੜ੍ਹਾ ਜਿਹਾ ਸਮਾਨ ਬਾਏ ਕਰਨਾ ਸੀ ਭਾਜੀ ਨੇ ਤਾਂ ਹੁਣ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਇਹ ਸਾਡਾ ਆਪਣਾ ਪਿਆਰਾ ਦਸੂਆ ਇਹ ਜਗ੍ਹਾ ਦਾ ਨਾਮ ਆ ਜੀ ਬਲਗੜਾ ਚੌਂਕ ਇੱਥੇ ਖੜਦੀ ਆ ਪੁਲਿਸ ਤੇ ਇੱਥੇ ਹੁੰਦਾ ਆ ਚਲਾਨ ਇੰਜਣ ਤਕੜਾ ਹੀ ਕਰਦੇ ਆ ਕਿਉਂਕਿ ਮਾਰਚ ਲੱਗ ਗਏ ਆ ਤਾਂ ਚਲਾਨ ਪੂਰੇ ਕਰਦੇ ਆ ਇੱਧਰ ਹੀ ਵਿਜੇ ਮਾਰਕੀਟ ਜਾਂਦਾ ਆ ਇਹ ਰੋਡ ਮਕੇਰੀਆਂ ਨੂੰ ਅਟੈਚ ਹੁੰਦਾ ਆ ਆਓ ਜੀ ਅਸੀਂ ਪਹੁੰਚ ਗਏ ਆ ਪਿਮਾ ਦੇ ਸ਼ੋਰੂਮ ਤੇ ਹੁਣ ਚੱਲਦੇ ਹਾਂ ਅਸੀਂ ਆ ਗਏ ਹਾਂ ਜੀ ਪਿਮਾ ਦੇ ਸ਼ੋਰੂਮ ਤੇ ਅੰਦਰ ਜਾ ਕੇ ਥੋੜ੍ਹਾ ਸਮਾਨ ਲੈਣਾ ਲਓ ਜੀ ਗੋਪੇ ਵੀਰ ਨੇ ਲੈਣੇ ਸੀ ਬੂਟ ਜਿੱਦਾਂ ਕਿ ਇਹਨਾਂ ਨੂੰ ਇਹ ਬੂਟ ਪਸੰਦ ਆਇਆ ਸੀ ਪਰ ਭਾਜੀ ਹੁਣਾਂ ਨੇ ਧੋਖਾ ਦਿੱਤਾ ਭਾਜੀ ਕਹਿੰਦੇ ਸਾਈਜ਼ ਨਹੀਂ ਮਿਲਣਾ ਬਾਕੀਆਂ ਦੇ ਵਿੱਚ ਹੁਣ ਅਵੇਲੇਬਲ ਆ ਭਾਜੀ ਕਹਿੰਦੇ ਸਾਈਜ਼ ਬਾਕੀ ਹੁਣ ਦੇਖਦੇ ਆ ਕਿਹੜਾ ਬੂਟ ਪਸੰਦ ਆਉਂਦੇ ਆ ਉਹ ਲਵਾਂਗੇ ਜਿੱਦਾਂ ਬਹੁਤ ਵਧੀਆ ਵਧੀਆ ਬੂਟ ਪਏ ਨੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹਾਂ ਪਰ ਆਹ ਵਾਲਾ ਪਸੰਦ ਆਇਆ ਸੀ ਸ਼ੂਜ਼ ਤਾਂ ਪਸੰਦ ਆ ਗਏ ਸੀ ਪਰ ਸਾਈਜ਼ ਨਹੀਂ ਮਿਲਿਆ ਹੁਣ ਕਹਿੰਦੇ ਮੁੰਡਾ ਜਲੰਧਰ ਜਾਊਂਗਾ ਸ਼ਾਇਦ ਬੂਟ ਲੈਣ ਇਹ ਹੁਣ ਫਿਰ ਕਿੱਥੋਂ ਲੈਣੇ ਬੂਟ ਇਹ ਜਲੰਧਰੋਂ ਚੰਡੀਗੜ੍ਹੋਂ ਜਲੰਧਰੋਂ ਜਾਂ ਚੰਡੀਗੜ੍ਹੋਂ ਹੁਣ ਬੂਟ ਮਿਲੂੰਗੇ ਇਹ ਲਾਂਟੇ ਮੋਲ 'ਚ ਲਾਂਟੇ ਮੋਲ 'ਚੋਂ ਬਾਕੀ ਇੱਥੋਂ ਤਾਂ ਸਾਨੂੰ ਮਿਲਿਆ ਨਹੀਂ ਸਾਈਜ਼ ਕਹਿੰਦੇ ਵੱਡੇ ਸਾਈਜ਼ ਹੈਗੇ ਆ ਛੋਟਾ ਸਾਈਜ਼ ਨਹੀਂ ਰੱਖਿਆ ਇਹਨਾਂ ਨੇ ਨਾ ਤਾਂ ਕਹਿੰਦੇ ਪੈਰ ਵਧਾ ਲਓ ਜਾਂ ਬੂਟ ਕਟਾ ਲਓ ਉਹ ਜੀ ਅਸੀਂ ਆ ਗਏ ਹਾਂ ਫਿਰ ਤੋਂ ਜਿਹਦਾ ਨਾਮ ਹੈਗਾ ਭਾਈ ਦੀ ਦੁਕਾਨ ਦਾ ਜੰਗ ਕਲੈਕਸ਼ਨ ਅੱਜ ਭਾਈ ਦੀ ਦੁਕਾਨ ਤੇ ਕੀ ਲੈਣਾ ਨਹੀਂ ਸੀ ਲੱਗੀ ਆਹ ਟੁੱਟੀ ਗਈ ਆ ਐ ਭਾਈ ਦਿਖਾ ਦਿਓ ਫਿਰ ਮੁੰਡੇ ਦੇ ਨਾਪ ਦੀ ਜੈਕਟ ਜੈਕਟ ਦਿਖਾ ਭਾਜੀ ਵਧੀਆ ਐਨ ਜੈਨੂਇਨ ਰੇਟ ਲਾਉਣਾ ਆਹ ਬੇਚਾਰਾ ਭਰਾ ਨੂੰ ਲੱਭਣ ਹੀ ਨਹੀਂ ਦਿਆ ਕੁਛ ਅੱਜ ਭਾਜੀ ਹੁਣ ਅੰਦਰ ਜਾ ਕੇ ਲਿਫਾਫੇ ਚੋਂ ਕੱਢ ਕੇ ਲਿਆਉਂਗਾ ਨਹੀਂ ਬਾਹਰ ਹੀ ਪਈਆਂ ਭਾਜੀ ਨੇ ਬੜੀਆਂ ਪੈਂਟਾਂ ਕੱਢੀਆਂ ਐਕਸਪੋਰਟ ਦੀਆਂ ਪਰ ਗੋਪੇ ਨੂੰ ਇੱਕ ਨਾ ਪਸੰਦ ਆਈ ਫਿਰ ਇਹਨੇ ਆਹ ਹੀ ਫੜ ਕੇ ਕਮੀਜ਼ ਪਸਾਈ ਕਿੱਥੇ ਗਈ ਆਹ ਵਾਲੀ ਲਓ ਜੀ ਭਾਜੀ ਨੇ ਇੱਕ ਹੋਰ ਪੈਂਟ ਕੱਢ ਲਈ ਆ ਆਹ ਫਿਰ ਕਿੱਦਾਂ ਆਈ ਪਸੰਦ ਭਾਜੀ ਪੂਰੀਆਂ ਐਨ ਮੈਚਿੰਗ ਕਰਕੇ ਦਿੰਦੇ ਆ ਐਨ ਕੱਪੜੇ ਬਲੈਕ ਟੀ ਸ਼ਰਟ ਭਾਜੀ ਉਹ ਚੱਕ ਥੱਲੋ ਬਲੈਕ ਟੀ ਸ਼ਰਟ ਵੀ ਦੱਸਦੀ ਲਓ ਜੀ ਭਾਜੀ ਕੋਲੋਂ ਕੱਪੜੇ ਲੈ ਲਏ ਆ ਚਲੀਏ ਫੇ ਚੱਲ ਚੱਲ ਚੰਗਾ ਚਲੋ ਠੀਕ ਆ ਭਾਜੀ ਓਕੇ ਵੀਰੇ ਓਕੇ ਸਾਰੇ ਜਾਣੇ ਵਿਜਿਟ ਕਰੋ ਭਾਜੀ ਦੀ ਦੁਕਾਨ ਤੇ ਬਹੁਤ ਵਧੀਆ ਵਧੀਆ ਕੱਪੜੇ ਆਏ ਨੇ ਐਨ ਸਿਆਲਾਂ ਵਾਲੇ ਲਓ ਜੀ ਹੁਣ ਅਸੀਂ ਆਏ ਪੈਟਰੋਲ ਪੰਪ ਤੇ ਪੈਟਰੋਲ ਪੰਪ ਤੇ ਪੈਟਰੋਲ ਪਵਾ ਰਹੇ ਹਾਂ ਹੁਣ ਪੈਟਰੋਲ ਪਵਾ ਕੇ ਤਾਂ ਗੁੱਪੇ ਘਰ ਜਾਵਾਂਗੇ ਉੱਥੇ ਰਾਤ ਨੂੰ ਜਗਰਾਤਾ ਤੁਹਾਨੂੰ ਰਾਤ ਨੂੰ ਕੁਛ ਵਧੀਆ ਵਧੀਆ ਜਿਹੀਆਂ ਚੀਜ਼ਾਂ ਦਿਖਾਵਾਂਗੇ ਹਾਸੇ ਹਾਸੇ ਵਾਲੀਆਂ ਜਿੱਦਾਂ ਕਿ ਤੁਹਾਨੂੰ ਵਧੀਆ ਲੱਗੂਗੀਆਂ ਜ਼ਰੂਰ ਸ਼ਾਇਦ ਝਲਕੀਆਂ ਹੋਣੀਆਂ ਹੁਣ ਆ ਗਿਆ ਮੈਂ ਘਰ ਤਾਂ ਹੁਣ ਮੈਂ ਕੱਪੜੇ ਚੇਂਜ ਕਰਕੇ ਗੋਪੇ ਦੇ ਘਰ ਦੁਬਾਰਾ ਜਾਊਂਗਾ ਇਹ ਬਲੌਗ ਲੰਬਾ ਹੋ ਗਿਆ ਸੀਗਾ ਤਾਂ ਮੈਂ ਸੋਚਿਆ ਇਹ ਬਲੌਗ ਇੱਥੇ ਪਾ ਦਈਏ ਤਾਂ ਇਹ ਬਲੌਗ ਦਾ ਪਾਰਟ 2 ਬਣਾ ਕੇ ਨੈਕਸਟ ਵੀਡੀਓ 'ਚ ਪਾ ਦਈਏ ਤਾਂ ਹੁਣ ਇਹ ਬਲੌਗ ਮੈਂ ਅਪਲੋਡ ਕਰਕੇ ਤਾਂ ਗੋਪੇ ਘਰ ਜਾਵਾਂਗਾ
थैंक्स फॉर वॉचिंग। बाकी मैनू दस्यो तुहानू ब्लॉग किदां दा लग्या।